ਫਣੀ ਤਰ੍ਹਾਂ ਹੈ ਕਿਹੜੀ ਸ਼ੈ ਐਂਤੇ ਦੇ ਸਵਿਟਜ਼ਰਲੈਂਡ ਦੀ ਸੈਲ ਕਰਾ ਰਹੇ ਹਕੀਕਤ ਹੀ ਚੀ ਖੁਆਬ ਜੀ ਚ ਸਵਿਟਜ਼ਰਲੈਂਡ ਦੀ ਉਹ ਕਿਸ ਤਰ੍ਹਾਂ ਜੀ ਤੇ ਅੱਜ ਤੁਹਾਨੂੰ ਦੀ ਵੀਡੀਓ ਵਾ ਰਹੇ ਤੇ ਵੀਡੀਓ ਚ ਇੰਜ ਲੱਗੇਗਾ ਕਿ ਤੁਸੀਂ ਸਵਿਟਜ਼ਰਲੈਂਡ ਵਿੱਚ ਫਿਰਦੇ ਦੇ ਹਾਏ ਯਾਰ ਚਲੋ ਦਿਲ ਨੂੰ ਤਸੱਲੀ ਤਾਂ ਹੋਏਗੀ ਨਾ ਕਿ ਅਸੀਂ ਵੀ ਸ਼ੁਕਰਗੁਜ਼ਾਰ ਹਾਂ ਅੱਲਾ ਦੇ ਤੇ ਉਸ ਤੋਂ ਬਾਅਦ ਤੁਹਾਡੇ ਚੈਨਲ ਵਾਲਿਆਂ ਨੇ ਜਿਹੜੇ ਸਾਨੂੰ ਕਦੇ ਅਮਰੀਕਾ ਲੈ ਗਏ ਉਹ ਪਹਿਲੇ ਹੁਣ ਸਵਿਟਜ਼ਰਲੈਂਡ ਜਾਣ ਲੱਗੇ ਹੋ ਯਾਰ ਬੜੀ ਗੱਲ ਹੈ ਬਗੈਰ ਪੈਸਿਆਂ ਤੋਂ ਯਾਰ ਸਵਿਟਜ਼ਰਲੈਂਡ ਦੀਆਂ ਤਾਂ ਅਸੀਂ ਚੋਕਲੇਟਾਂ ਵੀ ਬੜੀਆਂ ਖਾਧੀਆਂ ਸੀ ਬਿਸਕੁਟ ਵੀ ਬੜੇ ਖਾਧੇ ਨੇ ਅੱਜ ਅਸੀਂ ਸਵਿਟਜ਼ਰਲੈਂਡ ਵੀ ਆਪਣੀ ਅੱਖਾਂ ਨਾਲ ਦੇਖਾਂਗੇ ਵਾਹ ਹਾਏ 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 ਵਾਹ ਜੀ ਵਾਹ ਯਾਰ ਕਿੱਡੇ ਕਿੱਡੇ ਪਹਾੜ ਨੇ ਬਰਫ਼ ਦੇ ਓਏ ਹੋਏ ਹੋਏ ਟ੍ਰੇਨ ਆ ਰਹੀ ਹੈ ਇਹ ਬਰਫ਼ਾਂ 'ਚ ਆ ਗਏ ਸੀ ਇੰਝ ਲੱਗ ਰਿਹਾ ਜਹਾਜ਼ 'ਚ ਬੈਠਾ ਮੈਂ ਬੜੀ ਤੇਜ਼ ਉੱਡਦਾ ਪਿਆ ਓਏ ਹੋਏ 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 ਇਹ ਸਾਰਾ ਸਵਿਟਜ਼ਰਲੈਂਡ ਹੈ ਜੀ ਤੇ ਇਹਨਾਂ ਦਾ ਫਿਰ ਮੈਂ ਟ੍ਰੇਨ 'ਚ ਬੈਠਾ ਹਾਏ ਨਹੀਂ ਧਿਆਨ ਹੀ ਕੋਈ ਨਹੀਂ ਕਰਦਾ ਜੀ ਸਾਡੇ ਵੱਲ ਤਾਂ ਪਹਾੜ ਸ਼ੁਰੂ ਹੋ ਗਏ ਜੀ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਜੀ ਓਏ ਹੋਏ ਹੋਏ ਅਸੀਂ ਤਾਂ ਕਦੇ ਜਵਾਇਲੈਂਡ ਤੋਂ ਅੱਗੇ ਨਹੀਂ ਟੱਪੇ ਉਹ ਰੇਲ ਗੱਡੀ ਖਲੋਤੀ ਪਰ ਮੈਂ ਸਾਈਡ 'ਤੇ ਹੀ ਸ਼ੁਕਰ ਹੈ ਕਿਆ ਬਾਤ ਹੈ ਜਨਾਬ ਬੜੀਆਂ ਸਾਡੀ ਸਪੀਟੋ ਲਾਲ ਬੱਸ ਵੀ ਆ ਗਈ ਹੈ ਉਹ ਇਹ ਤਾਂ ਡਬਲ ਟਰੈਕਲ ਇਹ ਡਬਲ ਟਰੈਕਲ ਬਲਕਿ ਟ੍ਰੇਨ ਹੈ ਜੇ ਤਾਂ ਮੈਨੂੰ ਸ਼ੱਕ ਪੈਂਦਾ ਕੀ ਯੈਲੋ ਕੈਬ ਖਲੋਤੀ ਹੈ ਭਾਈ ਠਹਿਰੀ ਮੈਨੂੰ ਕੈਂਚੀ ਚੁੰਗੀ ਲਾ ਦੇਈ ਉਹ ਸੜਕ ਆ ਰਹੀ ਪਹਾੜ ਦੇ ਉੱਤੋਂ ਆਏ ਹਾਏ 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 ਕੀ ਖੂਬਸੂਰਤ ਕਿਸਮ ਦੇ ਪਹਾੜ ਨੇ ਅਸਲੀ ਇਹਨੂੰ ਸਵਿਟਜ਼ਰਲੈਂਡ ਕਹਿੰਦੇ ਜੀ ਯਕੀਨ ਕਰੋ ਕਿ ਬੰਦਾ ਪੈਦਲ ਹੀ ਇੱਥੇ ਫਿਰਦਾ ਹੋਵੇ ਅਤੇ ਜਾਂ ਖੋਤਾ ਹੋਵੇ ਉਹਦੇ ਕੋਲ ਟਕਾ ਚਿਕ ਟਾਪਾ ਚਿਕ ਟਾਪਾ ਚਿਕ ਟਾਪਾ ਚਿਕ ਯਕੀਨ ਕਰੋ ਨਾ ਖੋਤਾ ਥੱਕੇ ਨਾ ਬੰਦਾ ਹੋਵੇ ਕਿੱਥੇ ਲੈ ਆਉਂਦਾ ਜੇ ਮੈਨੂੰ ਉਹ ਬਿਲਡਿੰਗ ਵੀ ਨਾਲ ਨਾਲ ਪਹਾੜ ਵੀ ਇਹ ਚੰਗੀ ਹੈ ਬਈ ਹੈ ਉਹ ਬੱਚਾ ਜਿਹਾ ਸਾਈਕਲ 'ਤੇ ਜਾ ਰਿਹਾ ਵਾਹ 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 ਇਹ ਤਾਂ ਮਾਰਕੀਟ ਆ ਗਈ ਸਵਿਟਜ਼ਰਲੈਂਡ ਦੀ ਮਾਰਕੀਟ 'ਚ ਆ ਗਿਆ ਬਈ ਐਡੀ ਖੂਬਸੂਰਤ ਲੰਬੀ ਚੌੜੀ ਟ੍ਰੇਨ ਕਿਆ ਬਾਤ ਅਸੀਂ ਵੀ ਟ੍ਰੇਨ ਦੇ ਵਿੱਚ ਬਹਿ ਕੇ ਸਫ਼ਰ ਕਰ ਰਹੇ ਹਾਂ ਇਹ ਵਾਕਈ ਇੰਜੋਏ ਹੋਇਆ ਜੀ ਅਸੀਂ ਵੀ ਸਵਿਟਜ਼ਰਲੈਂਡ ਦੀ ਟ੍ਰੇਨ 'ਤੇ ਬੈਠੇ ਹੋਏ ਹਾਂ ਸਫ਼ਰ ਕਰ ਰਹੇ ਹਾਂ ਹੈ ਇਹ ਕਿਹੜਾ ਸਟੇਸ਼ਨ ਆ ਗਿਆ ਟ੍ਰੇਨ ਦੇ ਵਿੱਚ ਲੋਕ ਬੈਠੇ ਨਜ਼ਰ ਆ ਰਹੇ ਨੇ ਯਾਰ ਮੈਨੂੰ ਤਾਂ ਇੰਨਾ ਲੱਗਦਾ ਮੈਂ ਟ੍ਰੇਨ 'ਚ ਬੈਠਾ ਹਾਂ ਬੈਠੇ ਨੇ ਲੋਕ ਆਪਣੇ ਮੋਬਾਈਲ ਦਾ ਇਸਤੇਮਾਲ ਲੱਗਾ ਇੱਕ ਪੜ੍ਹਦਾ ਪਿਆ ਇੱਕ ਗੱਪਾਂ ਮਾਰ ਰਿਹਾ ਫੜੀ ਤਰ੍ਹਾਂ ਕਿਹੜੀ ਸ਼ੈ ਐਂਤੇ ਦੇ ਐਡੀ ਉੱਚੀ ਆ ਗਏ ਜੀ ਅੱਛਾ 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 ਲਿਫਟ 'ਚ ਬੈਠੇ ਹਾਂ ਓਹ ਮੈਂ ਵੀ ਕਹਾਂ ਪਤਾ ਨਹੀਂ ਕਿਹੜੀ ਚੀਜ਼ ਹੈ ਯਾਰ ਕਿੱਥੇ ਲਈ ਜਾ ਰਹੇ ਨੇ ਵਾਹ 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 ਕਿਆ ਝੋਪੜੀਆਂ ਉਹ ਚੇਅਰ ਲਿਫਟ ਆਈ ਹੈ ਚੇਅਰ ਲਿਫਟ ਕੋਲੋਂ ਲੰਘ ਗਈ ਇੱਕ ਹੋਰ ਆ ਰਹੀ ਵਾਹ 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 ਕਿਆ ਖੂਬਸੂਰਤ ਨਜ਼ਾਰਾ ਗਰੀਨਰੀ ਔਰ ਚੇਅਰ ਲਿਫਟ ਬੜੀ ਜਿੱਧਰ ਕਿਹੜਾ ਘੁੰਮਾ ਉਸ ਪਾਸੇ ਮੈਂ ਬਾਹਰ ਹੀ ਬਾਹਰ ਉਹ ਬੜੀ ਗੱਲ ਦੇ ਬੜੇ ਬੜੇ ਪਹਾੜ ਦੇ ਅਸਮਾਨ ਨਾਲ ਅਟੈਚ ਹੋ ਰਹੇ ਨੇ ਇਹ ਕੀ ਕਿੰਨਾ ਕੁ ਬੁਲੰਦੀ ਦੇ ਹੈਗਾ ਮੈਨੂੰ ਛੋਟੀਆਂ ਛੋਟੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ ਕਿਆ ਬਾਤ ਹੈ ਸਵਿਟਜ਼ਰਲੈਂਡ ਮੈਨੂੰ ਲੱਗਦਾ ਪਹਾੜਾਂ ਦੇ ਨਾਲ ਨਾਲ ਹੀ ਹੈਗਾ ਕਿਧਰੇ ਪਹਾੜੀ ਇਲਾਕਾ ਕਾਫੀ ਖੂਬਸੂਰਤ ਹਰਿਆਲੀ ਬਹੁਤ ਹੈ ਅਤੇ ਐਡੇ ਐਡੇ ਖੂਬਸੂਰਤ ਘਰ ਬਣੇ ਨੇ ਲੱਕੜ ਦੇ ਮੈਨੂੰ ਲੱਗਦੇ ਨੇ ਇੱਥੇ ਅਤੇ ਕਰੰਟੀ ਨਾ ਪੈ ਜਾਵੇ ਬਚੀ ਹੋਏ ਭਾਈਆ ਅਤੇ ਭਾਈ ਦੀ ਸਾਹਮਣੇ ਵੱਡਾ ਜਿਹਾ ਪਹਾੜ ਆ ਗਿਆ ਉਹ ਉੱਤੇ ਬਰਫ਼ ਪਈ ਹੋਈ ਪਤਾ ਨਹੀਂ ਬੱਦਲ ਡਿੱਗੇ ਡੰਡੇ ਖੂਬਸੂਰਤ ਉਹ ਤੇਜ਼ੀ ਨਾਲ ਹੀ ਨਿਕਲ ਗਈ ਭਾਵੇਂ ਆਪਸ ਵਿੱਚ ਹੀ ਬਚ ਜਾਵੇ ਉਹਨੂੰ ਕਹਿ ਹੌਲੀ ਚਲਾ ਯਾਰ ਕੀ ਕਰ ਰਿਹਾ ਤੂੰ ਦੇਖੋ ਜੀ ਕਿੱਦਾਂ ਬੇਵਾਕੂਫ਼ ਨਾ ਹਾਰਨ ਦਿੱਤਾ ਨਾ ਕੁਝ ਕੀ ਕਰਕੇ ਕੋਲੋਂ ਵੀ ਨਿਕਲ ਗਿਆ ਜੇ ਲੈ ਕੇ ਆਪਣੀ ਕਾਰ ਲਿਫਟ ਇੱਥੇ ਬੱਤੀ ਕਿੱਥੋਂ ਆ ਗਈ ਇਹ ਜੰਗਲ 'ਚ ਓਹੋ ਇਹ ਕਾਹਦਾ ਪਹਾੜ ਹੈ ਉਹ ਬੀਬੀ ਧਿਆਨ ਨਾਲ ਜਾ ਉੱਥੇ ਹੈ ਕੀ ਹੈਗਾ ਇਹ ਤਾਂ ਇੰਝ ਲੱਗਦਾ ਜਿਵੇਂ ਜਾਗ ਹੋਵੇ
क्या बात है जी, ओह खंभे ही बिजली बड़े 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 ने। अच्छा लिफ्ट ही आ रही है खंभे से। अच्छा 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 सुभान अल्लाह, ओए हो बिजली में तारा जा रही है मेरे तो पता नहीं। वाह जी वाह। हाय कहाँ जा रहे हो, किधर, गल नहीं कुछ सुनता सा। देखो यार अभी बुढ़े हो गए हैं। चिट्टे पहाड़ मैं जिंदगी च पहली बारी वेख रहा, चिट्टे पहाड़। अल्लाह तेरी कुदरत है, ये कैसे पहाड़ ने। ये तो मैं आप नु वेख के चक्कर आना शुरू हो गए। लो जी ताले का स्टॉल लगा है, ये उतों के ताले बड़े खूबसूरत अजीब अजीब रंग तिरंगे। ओए होए होए ਸਾਈਕਲਾਂ 'ਤੇ ਚਲਾ ਰਹੇ ਨੇ ਬੀਬੀਆਂ, ਕਿਆ ਸੜਕ ਬਣੀ ਯਾਰ, ਜਾ ਰਹੇ ਆਰਾਮ ਨਾਲ ਹੀ। ਇਹ ਸ਼ੁਰੂ ਦੇ ਬੂਟੇ ਆ ਗਏ ਨੇ ਇੱਥੇ, ਕਿਤੇ ਕੋਈ ਡਿਸ਼ ਨਾ ਆ ਜਾਵੇ ਮੈਨੂੰ ਖਾਣ ਵਾਸਤੇ। ਧਿਆਨ ਨਾਲ ਭਾਅ ਜੀ, ਅਤੇ ਬੰਦਾ ਰਾਤ ਨੂੰ ਤਾਂ ਡਰ ਜਾਏਗਾ, ਸਾਰਾ ਜੰਗਲ ਹੈਗਾ। ਭਾਅ ਜੀ ਇਹ ਕੀ ਕਰ ਰਹੇ ਨੇ, ਹੋਏ ਹੋਏ ਹੋਇਆ ਤਾਂ ਉੜਨ ਤਸ਼ਤਰੀ ਲੱਗਦੀ, ਉਹ ਤਾਂ ਬਹੁਤਾ ਹੀ ਨੇੜੇ ਆ ਗਿਆ ਜੇ ਕੰਮ। ਹੋਏ 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 ਹੋਏ, ਤਾਲੇ ਕਿਉਂ ਲਾਏ ਨੇ ਜੀ ਇਹਨਾਂ ਨੇ ਇੱਥੇ। ਉਹ ਗੋਰੇ ਹੋ, ਤੁਹਾਨੂੰ ਠੰਡ ਨਹੀਂ ਲੱਗਦੀ? ਅਤੇ ਟੀ ਸ਼ਰਟਾਂ ਦੇ ਕੱਛੇ ਪਾਏ ਨੇ, ਉਹਨਾਂ ਨੂੰ ਕਿਹੜਾ ਮੇਰੀ ਸਮਝ ਆ ਰਹੀ। ਉਹ ਚੇਅਰ ਲਿਫਟ ਲਿਫਟ ਚੱਲ ਰਹੀ ਹੈ, ਕੀ ਚੱਲ ਰਿਹਾ ਹੈ, ਵੇਖੀ ਕਿਤੇ ਡਿੱਗੀ ਨਾ ਪਈਏ। ਥੱਲੇ ਜੀ ਲੱਗਦੇ ਜੀ ਇਨਸਾਨ ਮਕੌੜੇ ਮਕੌੜੇ ਫਿਰ ਰਹੇ ਹੈਗੇ ਨੇ। ਸਪੀਡ ਨਾਲ ਸਾਈਕਲ ਆ ਵੀ ਜਾ ਰਹੀ, ਉਹ ਪੈਡਲ ਵੀ ਨਹੀਂ ਮਾਰ ਰਿਹਾ ਬੰਦਾ। ਮੈਨੂੰ ਲੱਗਦਾ ਪਹਾੜਾਂ ਵਾਲੀ ਸਾਈਡ 'ਤੇ ਜਾ ਰਿਹਾ, ਨੀਲੇ ਰੰਗ ਦੇ ਪਹਾੜ ਨਜ਼ਰ ਆ ਰਹੇ ਨੇ ਇਸ ਟਾਈਮ। ਪਹਾੜ ਦੇ ਨਾਲ ਨਾਲ ਉਹਨਾਂ ਨੇ ਥੋੜ੍ਹੀ ਕੁ ਬਣਾਈ ਹੋਈ ਹੈ, ਯਕੀਨ ਕਰੋ ਬੜੀ ਖਤਰਨਾਕ ਸੜਕ ਹੈ। ਆਹਦੀ ਕੁਦਰਤ ਦੇਖੋ, ਉਹ ਮੇਰੇ ਉੱਤੇ ਨਾ ਆ ਗਈ ਪਹਾੜਾ। ਓਏ ਹੋਏ ਹੋਏ ਹੋਏ, ਤਾਂ ਬੜਾ ਖਤਰਨਾਕ ਰਸਤਾ ਹੈਗਾ। ਸਵਿਟਜ਼ਰਲੈਂਡ ਜੀ ਬੜਾ ਖੂਬਸੂਰਤ ਇਲਾਕਾ ਹੈ, ਜੇ ਬੰਦੇ ਕੋਲ ਰੁਪਈਏ ਹੋਣ ਨਾ ਬਹੁਤੇ ਸਾਰੇ, ਤਾਂ ਫਿਰ ਬੰਦਾ ਉੱਥੇ ਜਾ ਸਕਦਾ, ਕਿਉਂਕਿ ਹੈਗਾ ਸ਼ੁਗਲ ਅਮੀਰ ਲੋਕਾਂ ਦਾ। ਅਤੇ ਲਿਫਟਾਂ ਚੱਲ ਰਹੀਆਂ ਨੇ, ਉਹ ਨਾਲ ਉਹ ਜਿਹੜੀਆਂ ਲਿਫਟ ਟੈਪ ਨਹੀਂ ਹੁੰਦੀਆਂ ਟੋਕਰੀਆਂ, ਉਹਦੇ ਬੰਦੇ ਬੈਠੇ, ਛੋਟੇ ਛੋਟੇ ਮਕੌੜੇ ਮਕੌੜੇ ਬੰਦੇ ਨਜ਼ਰ ਆ ਰਹੇ ਸਨ। ਮੈਨੂੰ ਤਾਂ ਇੱਕ ਵਾਰੀ ਨਾ ਚੱਕਰ ਆ ਪਸੀਨੇ ਨਿਕਲ ਆਇਆ, ਮੈਂ ਚੱਕਰ ਆਉਣ ਲੱਗ ਗਏ ਕਿ ਜਿਵੇਂ ਮੈਂ ਪਹਾੜ ਤੋਂ ਥੱਲੇ ਜਾ ਰਿਹਾ, ਅਤੇ ਚੇਅਰ ਲਿਫਟਾਂ ਚੱਲਣ ਡੀਆਂ ਨੇ ਤਾਰਾਂ ਨਾਲ, ਲੋਕ ਸਾਈਕਲਾਂ 'ਤੇ ਪੈਡਲ ਵੀ ਮਾਰਨ ਦੀ ਲੋੜ ਨਹੀਂ। ਖੱਬੇ ਸੱਜੇ ਪਹਾੜੀ ਇਲਾਕਾ, ਗ੍ਰੀਨ ਇਲਾਕਾ, ਹਰਾ ਪੌਦੇ ਹੀ ਪੌਦੇ, ਅਤੇ ਬਰਫਾਂ ਦੇ ਪਹਾੜ, ਅਤੇ ਠੰਡ। ਕਿਆ ਬਾਤ ਹੈ ਯਾਰ। ਵੈਸੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਘੰਟੀ ਦੇ ਬਟਨ ਨੂੰ ਟਨ ਕਰਕੇ ਦਬਾ ਕੇ, ਫਿਰ ਅੱਲਾ ਹਾਫਿਜ਼।